ਨਵਾਂਸ਼ਹਿਰ ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਅਤੇ ਅਹੁਦੇਦਾਰਾਂ ਦੀ ਚੋਣ ਹਲਕਾ ਵਿਧਾਇਕ ਅੰਗਦ ਸਿੰਘ ਦੀ ਮੌਜੂਦਗੀ 'ਚ ਸਰਬਸੰਮਤੀ ਨਾਲ ਹੋਈ। ਨਗਰ ਕੌਂਸਲ ਨਵਾਂਸ਼ਹਿਰ ਦਾ ਪ੍ਰਧਾਨ ਕਾਂਗਰਸ ਪਾਰਟੀ ਵੱਲੋਂ ਸਚਿਨ ਦੀਵਾਨ ਨੂੰ ਬਣਾਇਆ ਗਿਆ। ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੋਂ ਸੀਸ ਕੌਰ ਬੀਕਾ, ਸੀਨੀਅਰ ਵਾਈਸ ਪ੍ਰਧਾਨ ਕਾਂਗਰਸ ਪਾਰਟੀ ਤੋਂ ਪ੍ਰਿਥਵੀ ਚੰਦ ਨੂੰ ਚੁਣਿਆ ਗਿਆ। ਇਸ ਮੌਕੇ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਨੇ ਕਿਹਾ ਕਿ ਅਜੇ ਨਵਾਂਸ਼ਹਿਰ ਦੀ ਮਿਊਂਸੀਪਲ ਕਮੇਟੀ ਲਈ ਵਾਰਡ ਨੰਬਰ 5 ਤੋਂ 2 ਵਾਰ ਕੌਂਸਲਰ ਬਣੇ ਸਚਿਨ ਦੀਵਾਨ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ, ਜਦਕਿ ਕਾਂਗਰਸ ਪਾਰਟੀ ਤੋਂ ਪ੍ਰਿਥਵੀ ਚੰਦ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਬੀਬੀ ਸੀਸ ਕੌਰ ਬੀਕਾ ਨੂੰ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਸੈਣੀ ਨੇ ਮੀਡੀਆ ਨੂੰ ਦੱਸਿਆ ਕਿ ਜੋ ਵੀ ਨਵਾਂਸ਼ਹਿਰ ਮਿਊਂਸੀਪਲ ਕਮੇਟੀ ਲਈ ਨਵੀਂ ਲੀਡਰਸ਼ਿਪ ਚੁਣੀ ਗਈ ਹੈ ਉਹ ਪੂਰੀ ਤਰ੍ਹਾਂ ਇਮਾਨਦਾਰ ਹੈ ਅਤੇ ਉਹ ਨਵਾਂਸ਼ਹਿਰ ਦੀ ਬਿਹਤਰੀ ਲਈ ਹਰ ਪਹਿਲ ਦੇ ਆਧਾਰ 'ਤੇ ਕੰਮ ਕਰਨਗੇ। ਉੱਧਰ ਚੁਣੇ ਹੋਏ ਨਵੇਂ ਪ੍ਰਧਾਨ ਸਚਿਨ ਦੀਵਾਨ ਨੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਮੈਨੂੰ ਸਤਿਕਾਰਯੋਗ ਵਿਧਾਇਕ ਅੰਗਦ ਸਿੰਘ ਨੇ ਸੌਂਪੀ ਹੈ ਉਹ ਉਸ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਨੇ ਕਿਹਾ ਕਿ ਨਵਾਂਸ਼ਹਿਰ ਵਾਸੀਆਂ ਦਾ ਜੋ ਵੀ ਕੰਮ ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ ਉਹ ਪਹਿਲ ਦੇ ਆਧਾਰ 'ਤੇ ਪੂਰਾ ਕਰਨਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਜਿਵੇਂ ਨਵਾਂਸ਼ਹਿਰ ਪਹਿਲਾਂ 2 ਵਾਰ ਸਵੱਛ ਭਾਰਤ ਸਕੀਮ ਤਹਿਤ 2 ਵਾਰ ਇਨਾਮ ਪ੍ਰਾਪਤ ਕਰ ਚੁੱਕਾ ਹੈ, ਉਸੇ ਤਹਿਤ ਹੁਣ ਸਵੱਛ ਭਾਰਤ ਸਕੀਮ ਦੇ ਨਾਲ ਹੋਰ ਵੀ ਰਹਿੰਦੇ ਵਿਕਾਸ ਜੋ ਅਧੂਰੇ ਨੇ ਉਹਨਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਪੂਰੇ ਕਰਵਾਏ ਜਾਣਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਦੇਖੋ ਗੱਲ ਇੱਦਾਂ ਜੀ, ਸਭ ਤੋਂ ਪਹਿਲਾਂ ਤਾਂ ਮੈਂ ਨਵਾਂਸ਼ਹਿਰ ਦੇ ਲੋਕਾਂ ਦਾ, ਆਪਣੇ ਇਲਾਕੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ 4ਵੀਂ ਵਾਰੀ ਲਗਾਤਾਰ ਨਵਾਂਸ਼ਹਿਰ ਵਿੱਚ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਜਿਹੜੀ ਬਣਾਈ ਆ ਔਰ ਹਮੇਸ਼ਾ ਸਾਡੇ ਪਰਿਵਾਰ ਵਿੱਚ ਆਪਣਾ ਵਿਸ਼ਵਾਸ ਦਿਖਾਇਆ। ਸੋ ਮੈਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਨਾਲ ਦੀ ਨਾਲ ਜਿੰਨੇ ਵੀ ਮੈਂਬਰ ਚੁਣੇ ਗਏ ਇਸ ਨਵੇਂ ਹਾਊਸ 'ਚ ਉਹਨਾਂ ਨੂੰ ਮੁਬਾਰਕਬਾਦ ਦਿੰਦਾ, ਪ੍ਰਧਾਨ ਜੀ ਨੂੰ ਦਿੰਦਾ, ਸਚਿਨ ਜੀ ਨੂੰ, ਪ੍ਰਿਥੀ ਜੀ ਨੂੰ ਦਿੰਦਾ ਜਿਹੜੇ ਕਿ ਵਾਈਸ ਸੀਨੀਅਰ ਵਾਈਸ ਪ੍ਰਧਾਨ ਬਣੇ ਆ। ਔਰ ਮੈਂ ਉਮੀਦ ਕਰਾਂਗਾ ਇਹਨਾਂ ਤੋਂ, ਮੈਨੂੰ ਯਕੀਨ ਵੀ ਆ ਕਿ ਆਉਣ ਵਾਲੇ ਸਮੇਂ 'ਚ ਸਾਰੇ ਲੋਕਾਂ ਨੂੰ ਨਾਲ ਲੈ ਕੇ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਹੋਵੇ ਬਿਨਾਂ ਕਿਸੇ ਭੇਦਭਾਵ ਦੇ ਸ਼ਹਿਰ ਦਾ ਜਿਹੜਾ ਉਹ ਵਿਕਾਸ ਕਰੂਗੇ। ਸੋ ਜੋ ਸਾਡੇ 'ਚ ਕੋਈ ਪੁਰਾਣੀ ਕਮੀ ਰਹੀ ਵੀ ਹੋਊਗੀ ਉਹਨੂੰ ਵੀ ਦੂਰ ਕਰਦੇ ਹੋਏ ਆਪਾਂ ਸ਼ਹਿਰ ਦੀ ਡਿਵੈਲਪਮੈਂਟ 'ਤੇ ਆਪਣਾ ਫੋਕਸ ਰੱਖਾਂਗੇ। ਦੇਖੋ ਏਜੰਡੇ ਆਪਾਂ ਇਸ 'ਤੇ ਸਪੈਸ਼ਲ ਇੱਕ ਮੀਟਿੰਗ ਹੋਰ ਵੀ ਕਰਾਂਗੇ, ਉਹਦੇ 'ਚ ਹੋਰ ਡਿਟੇਲ ਨਾਲ ਤੁਹਾਨੂੰ ਦੱਸਾਂਗੇ। ਔਰ ਮੋਟਾ ਮੋਟਾ ਜੇ ਮੈਂ ਗੱਲ ਕਰਾਂ ਤਾਂ ਡਿਵੈਲਪਮੈਂਟ ਦਾ ਜਿਹੜਾ ਮੁੱਦਾ ਉਹ ਸਾਡੇ ਲਈ ਨੰਬਰ 1 ਮੁੱਦਾ। ਨੰਬਰ 2 ਜਿਹੜਾ ਇਸ਼ੂ ਆ ਉਹ ਇਹ ਆ ਕਿ ਲੋਕਾਂ ਨੂੰ ਆਪਾਂ ਜਿਹੜਾ ਪ੍ਰੋਬਲਮ ਹੁੰਦੀ ਹੈ NOCs ਦੀ ਜਾਂ ਜਿਹੜੇ ਉਹਨਾਂ ਨੂੰ ਆਪਣਾ ਉਹ ਜਿਹੜੇ ਨਕਸ਼ਾ ਪਾਸ ਦਾ ਜਾਂ ਉਹਨਾਂ ਦੇ ਜਿਹੜੇ ਟੈਕਸ ਬੜੇ ਜ਼ਿਆਦਾ ਲੱਗੇ ਹੋਏ ਆ, ਜਿਹੜੇ ਕਿ ਕੁਛ ਮੇਰੇ ਖਿਆਲ ਮੈਂ ਇੱਕ ਇੰਟਰਵਿਊ ਦੇਖੀ ਸੀ ਉਹਦੇ 'ਚ ਕੋਈ ਸਾਬਕਾ ਮੈਂਬਰ ਸਮਾਨ ਕਹਿ ਰਹੇ ਸੀ ਕਿ ਕਾਨੂੰਨ ਚੰਡੀਗੜ੍ਹੋਂ ਬਣ ਕੇ ਆਉਂਦੇ, ਇਹ ਬਿਲਕੁਲ ਗਲਤ ਹੈ। ਕਾਨੂੰਨ ਇੱਥੇ ਹੀ ਬਣਦੇ, ਤੁਹਾਨੂੰ ਬਣਾ ਕੇ ਦਿਖਾਵਾਂਗੇ, ਲੋਕਾਂ ਨੂੰ ਆਪਾਂ ਰਾਹਤ ਦੇਵਾਂਗੇ। ਮੈਂ ਜੋ ਮੈਨੂੰ ਜ਼ਿੰਮੇਵਾਰੀ ਐਜ਼ ਅ ਪ੍ਰੈਜ਼ੀਡੈਂਟ ਨਗਰ ਕੌਂਸਲ ਦੀ ਕਾਂਗਰਸ ਹਾਈਕਮਾਨ ਨੇ ਦਿੱਤੀ ਹੈ, ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਅੰਗਦ ਸਿੰਘ ਜੀ ਦਾ, MLA ਨਵਾਂਸ਼ਹਿਰ, ਮੈਡਮ ਗੁਰਇਕਬਾਲ ਕੌਰ ਬਬਲੀ ਜੀ, ਐਕਸ MLA ਨਵਾਂਸ਼ਹਿਰ, ਰਾਣਾ ਕੁਲਦੀਪ ਜੀ, ਸਰਦਾਰ ਜੋਗਿੰਦਰ ਸਿੰਘ ਛੋਕਰ ਜੀ, ਕਾਂਗਰਸ ਪਾਰਟੀ ਦੀ ਹਾਈਕਮਾਨ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ। ਇਸ ਦੇ ਨਾਲ ਨਾਲ ਹੀ ਮੈਂ ਨਵਾਂਸ਼ਹਿਰ ਦੀ ਜਨਤਾ ਦਾ, ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਦਿਲੋਂ ਸਪੋਰਟ ਕੀਤਾ ਆ, ਕਿਉਂਕਿ ਮੈਂ ਦੇਖਦਾ ਹੁੰਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਪੋਰਟ ਕਰਦੇ ਹੁੰਦੇ ਸੀ, ਅਤੇ ਬਿਨਾਂ ਕਿਸੇ ਮੇਰੇ ਐਫਰਟਸ ਤੋਂ ਜੋ ਮੈਨੂੰ ਇਹ ਅੱਜ ਜਿਹੜਾ ਇਹ ਸੇਵਾ ਦਾ ਮੌਕਾ ਮਿਲਿਆ ਆ ਇਹਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਊਂਗਾ। ਔਰ ਜਿੱਦਾਂ MLA ਸਾਹਿਬ ਕਹੂਗੇ ਉਹਨਾਂ ਦੇ ਹਿਸਾਬ ਨਾਲ ਜੋ ਵੀ ਨਵਾਂਸ਼ਹਿਰ ਦੀ ਡਿਵੈਲਪਮੈਂਟ ਆ ਜਾਂ ਜੋ ਵੀ ਕੰਮ ਆ ਉਹ ਕਰੂੰਗਾ। ਇਹ ਮੈਂ ਨਹੀਂ, ਇਹ ਸਰਦਾਰ ਅੰਗਦ ਸਿੰਘ ਜੀ ਹੀ ਪ੍ਰੈਜ਼ੀਡੈਂਟ ਬਣੇ ਆ। ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਹਾਂਜੀ ਬਿਲਕੁਲ, ਜਦੋਂ ਟਾਈਮ ਆਏਗਾ ਆਪਾਂ ਕਰਾਂਗੇ, ਹਲੇ ਸਾਨੂੰ ਥੋੜ੍ਹੀ ਜਿਹੀ ਪ੍ਰੈਪਰੇਸ਼ਨ ਦੀ ਲੋੜ ਆ ਉਹ ਆਪਾਂ ਕਰਕੇ, ਅਤੇ ਜੋ ਵੀ ਆਪਣੇ ਵੱਲੋਂ ਬਣ ਸਰੂਗਾ ਜੋ ਵੀ ਐਫਰਟਸ ਕਰਾਂਗੇ ਆਪਾਂ ਡੱਟ ਕੇ ਕਰਾਂਗੇ। ਫਿਰ ਵੀ ਕੋਈ ਖਾਸ ਮੁੱਦੇ ਜਿਹੜੇ ਖਾਸ ਗੱਲ ਇਹੀ ਹੈ, MLA ਸਾਹਿਬ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਜੋ ਵੀ ਡਿਵੈਲਪਮੈਂਟ ਨਾਲ ਰਿਲੇਟਡ ਮੁੱਦੇ ਆ, ਬੇਸਿਕ ਡਿਵੈਲਪਮੈਂਟ ਜਿਹੜੀ ਆ ਆਲਮੋਸਟ MLA ਸਾਹਿਬ ਨੇ ਪਹਿਲਾਂ ਹੀ ਕਰਾ ਦਿੱਤੀ ਹੋਈ ਆ। ਬਹੁਤ ਘੱਟ ਏਰੀਆਜ਼ ਆ ਜਿੱਥੇ ਬੇਸਿਕ ਅਮੈਨਿਟੀਜ਼ ਆ, ਜਿੱਦਾਂ ਸੜਕਾਂ ਵਗੈਰਾ ਥੋੜ੍ਹੀਆਂ ਬਹੁਤ ਥੋੜ੍ਹੇ ਬਹੁਤੇ ਏਰੀਆਜ਼ ਆ ਜਿੱਥੇ ਰਹਿੰਦੇ ਆ, ਅਤੇ ਕੁਛ ਏਰੀਆ ਜਿੱਥੇ ਸੀਵਰੇਜ ਰਹਿੰਦਾ ਆਪਾਂ ਉਹ ਵੀ ਕੰਪਲੀਟ ਕਰਾਂਗੇ। ਇਸ ਦੇ ਨਾਲ ਨਾਲ ਹੀ ਜੋ ਵੀ ਕੋਈ ਨਗਰ ਕੌਂਸਲ ਨੂੰ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਆ, ਜਿੱਦਾਂ NOCs, ਨਕਸ਼ੇ, ਕੋਈ ਵੀ ਆ, ਜੋ ਵੀ ਕੋਈ ਵੀ ਨਗਰ ਕੌਂਸਲ ਨਾਲ ਰਿਲੇਟਡ, ਆਪਾਂ ਉਹਨਾਂ ਨੂੰ ਸਹੀ ਢੰਗ ਨਾਲ ਕਰਾਂਗੇ ਤਾਂ ਕਿ ਪਬਲਿਕ ਨੂੰ ਕੋਈ ਵੀ ਸ਼ਿਕਾਇਤ ਨਾ ਆਵੇ। ਹਾਂਜੀ
ਉਹਦੇ ਵਾਸਤੇ ਐਮ ਐਲ ਏ ਸਾਹਿਬ ਆਲਰੇਡੀ ਕੁਛ ਕਰਨ ਜਾ ਰਹੇ ਆ, ਸੋ ਬਹੁਤ ਜਲਦੀ ਤੁਹਾਨੂੰ ਐਮ ਐਲ ਏ ਸਾਹਿਬ ਖੁਦ ਅਨਾਊਂਸਮੈਂਟ ਕਰੂਗੇ ਕਿ ਉਹਦਾ ਕੀ ਕਰਨਾ ਆ। ਮੈਂ ਪੂਰਾ ਮੈਨੂੰ ਵਿਸ਼ਵਾਸ ਆ ਕਿ ਜੋ ਵੀ ਐਮ ਐਲ ਏ ਸਾਹਿਬ ਡੰਪ ਨੂੰ ਲੈ ਕੇ ਫੈਸਲਾ ਕਰੂਗੇ, ਸਾਰੀ ਜਨਤਾ ਜਿਹੜੀ ਆ, ਖਾਸਕਰ ਉਸ ਮੂਸਾਪੁਰ ਰੋਡ ਏਰੀਆ ਦੇ ਜਿਹੜੀ ਜਨਤਾ ਆ, ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰੂਗੀ।